अच्छा हाँ लॉ मेरा टेट सो गुड मॉर्निंग सर एंड गुड मॉर्निंग मैम ऐसी पुटी कॉलेज दे विच थॉट यूट्यूब वेयर वी हैव थॉट ऑफ पुटिंग अप थॉट्स फ्रॉम आवर टीचर्स कि जिधे अपने सब्जेक्ट्स बारे अगेन न्यू ट्रेंड्स एंड इनोवेशंस दसेंगे ते प्लस करियर उस बाद कि बच्चा जे एमबीए कर रहा है तो अगो उहदे कोल की है अपॉर्चुनिटीज या बीसीए करे बीबीए करे इंजीनियरिंग करे फॉर ऑल द सब्जेक्ट्स वी आर गोइंग टू होल्ड दीज डिस्कशंस वी आर हैविंग अ सेशन ऑफ मोटिवेशनल टॉक्स ऑल्सो एंड वी विल ऑल्सो बी केटरिंग टू इंटरनेशनल स्टूडेंट्स किसी इंटरनेशनल स्टूडेंट्स दसेंगे लाइव कि वॉट इज गुड अबाउट बीजीसी इतने क्यों आना चाहिए सर तुम दसो कि ये थॉट प्रोसेस अगर ठीक है ਪਰ ਕੀ ਇਹ ਪ੍ਰੋਗਰਾਮ ਤੁਹਾਡਾ ਇਸ ਤਰ੍ਹਾਂ ਕਰਨ ਨਾਲ ਸਿਰਫ ਭੋਟਾ ਗਰੁੱਪ ਆਫ ਕਾਲਜਿਸ ਦੀ ਐਡਵਰਟਾਈਜ਼ਮੈਂਟ ਤੱਕ ਸੀਮਤ ਨਹੀਂ ਹੋਵੇਗਾ ਕੀ ਤੁਸੀਂ ਇਸ ਪ੍ਰੋਗਰਾਮ ਨੂੰ ਇੱਕ ਵਾਈਡਰ ਪਰਸਪੈਕਟਿਵ 'ਚ ਨਹੀਂ ਲੈ ਸਕਦੇ ਕਿ ਐਜੂਕੇਸ਼ਨ ਦੇ ਵਿੱਚ ਅੱਜ ਕੱਲ੍ਹ ਕਿਹੜੀਆਂ ਪੋਸੀਬਿਲਿਟੀਜ਼ ਨੇ ਕਿਹੜੇ ਕਿਹੜੇ ਐਵੇਨਿਊਸ ਨੇ ਤਾਂ ਕਿ ਬੱਚੇ ਤੁਸੀਂ ਉਸ ਤੋਂ ਬਾਅਦ ਦੱਸੋ ਆਪਾਂ ਕਿ ਅਸੀਂ ਕੀ ਕਰ ਰਹੇ ਹਾਂ ਇਹ ਸਾਰੇ ਪ੍ਰੋਗਰਾਮ ਨੂੰ ਭਾਵੇਂ ਉਹ ਭੋਟਾ ਫੋਕਸ ਕਰ ਘੋਟਾ ਸੈਂਟ੍ਰਿਕ ਆ ਪਰ ਇਹਨੂੰ ਇੱਕ ਜਿਹੜੀ ਇਹਦੀ ਲੁੱਕ ਆ ਉਹ ਤਾਂ ਇੱਕ ਵਾਈਡਰ ਰੱਖੋ ਨਾ ਠੀਕ ਹੈ ਸਰ ਕਿ ਕਿਵੇਂ ਅਸੀਂ ਮਤਲਬ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਐਜੂਕੇਸ਼ਨ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਸਿਗਨੀਫੀਕੈਂਟ ਰੋਲ ਪਲੇ ਕਰ ਸਕਦੇ ਹਾਂ ਸੋ ਇਸ ਐਂਕਲ ਤੋਂ ਅਗਰ ਤੁਸੀਂ ਲਓਗੇ ਮੈਨੂੰ ਲੱਗਦਾ ਉਹ ਜ਼ਿਆਦਾ ਇੱਕ ਵਧੀਆ ਰੋਲ ਪਲੇ ਕਰ ਸਕੇਗਾ ਤੁਹਾਡਾ ਪ੍ਰੋਗਰਾਮ ਕਿ ਲੋਕਾਂ ਦਾ ਉਹਦੇ ਵਿੱਚ ਵਿਸ਼ਵਾਸ ਵੀ ਬਣੇਗਾ ਕਿ ਇਹ ਸਿਰਫ ਆਪਣੇ ਆਪ ਤੱਕ ਸੀਮਤ ਨਹੀਂ ਰੱਖ ਰਹੇ ਇਹ ਇਹਨੂੰ ਇੱਕ ਵਾਈਡਰ ਪਰਸਪੈਕਟਿਵ ਚ ਜਨਰਲ ਅਵੇਅਰਨੈਸ ਸਦਾ ਸੋ ਮੈਮ ਵਾਟ ਡੂ ਯੂ ਥਿੰਕ ਤੁਹਾਡਾ ਕੀ ਇਨਪੁਟ ਹੋਗਾ ਵਾਟ ਵਾਟ ਵੁੱਡ ਯੂ ਲਾਈਕ ਮੋਰ ਟੂ ਬੀ ਇਨ ਦਿਸ ਆਈ ਪਰਸਨਲੀ ਫੀਲ ਦੈਟ ਐਟ ਬੁੱਟਾ ਗਰੁੱਪ ਆਫ ਕਾਲਜਿਸ ਵੀ ਹੈਵ ਬੀਨ ਇੰਗੇਜਿੰਗ ਇਨ ਲੋਟਸ ਮੈਨੀ ਐਕਟੀਵਿਟੀਜ਼ ਇਨ ਫੈਕਟ ਬਿਯੋਂਡ ਦੀ ਕਲਾਸਰੂਮ ਐਕਟੀਵਿਟੀਜ਼ ਵੀ ਹੈਵ ਹੈਲਡ ਸੋ ਮੈਨੀ ਸੈਮੀਨਾਰਸ ਵਰਕਸ਼ਾਪਸ ਇਨ ਆਰ ਕਾਲਜਿਸ ਵੀ ਗਿਵਨ ਅਪੋਰਚੁਨਿਟੀਜ਼ ਐਟ ਟੂ ਆਰ ਸਟੂਡੈਂਟਸ ਐਟ ਆਲ ਲੈਵਲਸ And I guess social media is the best medium in which you can, you know, bring, let others also know that what we are doing. This again is very important, you know, like sir said, you achieve something and you keep it to yourself. And second is you achieve something and then you present it to the whole world. So YouTube and well, this kind of session, I guess it's going to be very helpful for not only for the students, not only for the teachers, but for the college as a whole and let the community, let everybody know that what all we are thinking, what all we have done and what we propose to do. So I do agree that this is a very good platform. Yeah. ਇਹ ਵੀ ਕੋਸ਼ਿਸ਼ ਕਰੋ ਕਿ ਜਿਹੜੀ ਕਮਿਊਨਿਟੀ ਹੈ ਜਿਵੇਂ ਮੈਡਮ ਨੇ ਕਿਹਾ ਬਹੁਤ ਇੰਪੋਰਟੈਂਟ ਆ ਕਿ ਕਮਿਊਨਿਟੀ ਹੈ ਜਾਂ ਹੋਰ ਦੂਸਰੇ ਕਾਲਜਿਸ ਨੇ ਜਾਂ ਸਟੂਡੈਂਟਸ ਨੇ ਟੀਚਰਸ ਨੇ ਐਡਮਿਨਿਸਟ੍ਰੇਟਰਸ ਨੇ ਜਿੰਨੇ ਵੀ ਸਟੇਕ ਹੋਲਡਰ ਨੇ ਸਾਰੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਿਵੇਂ ਪਾਰਟੀਸਪੇਟ ਕਰ ਸਕਦੇ ਕਿਵੇਂ ਉਹ ਆਪਣੀ ਫੀਡਬੈਕ ਦੇਣ ਇਹਨੂੰ ਇੱਕ ਐਸਾ ਪਲੈਟਫਾਰਮ ਦੇ ਤੌਰ ਤੇ ਡਿਵੈਲਪ ਕਰੋ ਵੀ ਆਰ ਆਲਸੋ ਹੈਵਿੰਗ ਐਨ ਆਪਸ਼ਨ ਆਫ ਚੈਟ ਲਾਈਵ ਚੈਟ ਓਵਰ ਹਿਅਰ ਸਰ ਤਾਂ ਕਿ ਉਹ ਵੀ ਪਾਰਟਿਸਪੇਟ ਕਰ ਹਾਂਜੀ ਤੇ ਇਹਦੇ ਵਿੱਚ ਜਦੋਂ ਵੀ ਮੋਟੀਵੇਸ਼ਨਲ ਟਾਕ ਚੱਲਦੀ ਹੈ ਚੈਟ ਕਰੀ ਕਾਉਂਸਲਿੰਗ ਚੱਲਦੀ ਆ ਤਾਂ ਜਿਹੜੇ ਸਾਡੇ ਵਿਊਅਰਸ ਹੋਣਗੇ ਦੇ ਕੈਨ ਪੁੱਟ ਅਪ ਕੁਐਸਚਨਸ ਚੈਟ ਉਸੇ ਟਾਈਮ ਤੇ ਔਰ ਉਸੇ ਟਾਈਮ ਤੇ ਅਸੀਂ ਇਹ ਰੀਡ ਕਰ ਸਕਦੇ ਹਾਂ ਚੈਟ ਐਂਡ ਵੀ ਕੈਨ ਗਿਵ ਦਾ ਆਨਸਰਸ ਲਾਈਵ ਦੈਨ ਐਂਡ ਦੇਅਰ ਦੈਟਸ ਵੈਰੀ ਗੁੱਡ ਸੋ ਦੈਟ ਇਜ਼ ਅ ਵੈਰੀ ਗੁੱਡ ਫੈਸਿਲਿਟੀ ਦੈਟ ਯੂਟਿਊਬ ਇਜ਼ ਆਫਰਿੰਗ ਅਸ ਐਂਡ ਵੀ ਆਰ ਟ੍ਰਾਈਂਗ ਟੂ ਯੂਜ਼ ਇਟ ਇਹ ਵੀ ਦੇਖਦੇ ਰਹੋ ਕਿ ਹੋਰ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਨੇ ਜਿਹੜੀਆਂ ਯੂਟਿਊਬ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਉਹਨਾਂ ਦੇ ਨਾਲ ਤੁਸੀਂ ਆਪਣੇ ਪ੍ਰੋਗਰਾਮ ਨੂੰ ਜ਼ਿਆਦਾ ਇਫੈਕਟਿਵ ਬਣਾ ਸਕਦੇ ਮਤਲਬ ਬਹੁਤ ਅੱਛਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਅਤੇ ਮੇਰਾ ਖਿਆਲ ਆ ਸਾਰਾ ਕਾਲਜ ਸਾਰਾ ਗਰੁੱਪ ਆਫ ਕਾਲਜਿਸ ਇਹਦੇ ਵਿੱਚ ਬਹੁਤ ਅੱਛੀ ਤਰ੍ਹਾਂ ਨਾਲ ਪਾਰਟੀਸਪੇਟ ਕਰੇਗਾ ਔਰ ਆਪਣੀ ਆਪਣੀ ਜਿਹੜੀ ਕੰਟਰੀਬਿਊਸ਼ਨ ਉਹ ਦੇਵੇਗਾ ਅਤੇ ਜਿਹੜੀ ਸੁਸਾਇਟੀ ਆ ਵਾਈਡਰ ਰੂਪ ਦੇ ਵਿੱਚ ਉਹ ਵੀ ਇਹ ਪਾਰਟੀਸਪੇਟ ਕਰਕੇ ਪੰਜਾਬ ਦੀ ਐਜੂਕੇਸ਼ਨ ਨੂੰ ਪਰਟੀਕੁਲਰਲੀ ਟੈਕਨੀਕਲ ਐਜੂਕੇਸ਼ਨ ਨੂੰ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਮਦਦ Thank you, sir. Thank you, ma'am, for your encouragement. All the best for your program. Thank you, sir. Thank you. The bank card number.